ਸਾਧਾ ਨੇ ਬੜੀ ਲੁੱਟ ਕੇ ਦੁਨੀਆਂ ਖਾਧੀ, ਸਾਧਾ ਸੁਧਾ ਦੇ ਪੱਲੇ ਕੱਖ ਨਹੀਂ ਹੁੰਦਾ। ਭਾਵੇਂ ਸਿਆਣੇ ਪਿਆਣੇ ਹੁੰਦੇ ਹੋਏ ਫਿਰ ਵੀ ਆਪਾਂ ਇਹਨਾਂ ਨੂੰ ਭੇਜ ਜਾਂਦੇ ਹਾਂ। ਕਿਵੇਂ ਭੇਜਦੇ? ਜੇ ਆਪਾਂ ਜਵਾਕਾਂ ਜਿਹਨਾਂ ਨੂੰ ਉੱਤੇ ਘੱਲ ਦਿੰਦੇ ਹਾਂ ਤੇ ਤੁਹਾਨੂੰ ਪਤਾ ਜਦੋਂ ਸਾਧ ਦੇ ਤੇਰੇ ਜਵਾਕ ਚੱਲੇ ਜਾ ਬੰਦ ਫਿਰ ਸੁੱਖ ਨਹੀਂ। ਹਾਂ ਬੱਚੋ, ਇਹਨਾਂ ਤੇ ਕੱਖ ਨਹੀਂ, ਇਹਨਾਂ ਦੇ ਪੱਲੇ ਕੱਖ ਨਹੀਂ ਹੁੰਦਾ ਜੇ ਝੂਠੇ ਮੈਂ ਮੰਤਰ ਚਾਹੀਦੇ ਤਾਂ ਧਿਆਨ ਦੇਣਾ। ਹਾਂ ਬਾਈ, ਕੀ ਗੱਲ? ਗੱਲ ਫੈਲਾ ਹੋਰ ਚੱਲ, ਗੱਲ ਕੁਛ ਨੀ ਯਾਰ, ਤੇਰਾ ਗੁਆਂਢੀ ਹੋਣ ਦੇ ਨਾਤੇ ਮੈਂ ਤੇਰਾ ਫਾਇਦਾ ਕਰਨ ਲੱਗਿਆ। ਮੈਂ ਕਿਤੇ ਸਰੀਕਾਂ ਵਾਲੀ ਗੱਲ ਨਾ ਕਰਦੀ। ਨਹੀਂ ਨਹੀਂ ਨਹੀਂ, ਇੰਨੀ ਪਬਲਿਕ, ਇੰਨੇ ਆਪਣੇ ਸਰੋਤੇ ਖੜੇ ਆ, ਕੋਈ ਵਿਚੋਲਾ ਲੱਭ ਮਿੱਤਰਾ, ਤੈਨੂੰ ਵਿਆਹ ਦੁਬਾਰੇ ਕਰਵਾਉਣਾ ਪੈਣਾ। ਪਤੰਦਰਾ ਮੇਰੇ ਤਾਂ ਅੱਗੇ ਦੋ ਆ, ਤੀਜਾ ਕਰਾਉਣਾ ਪਊ। ਦੋ ਤਾਂ ਤਾਂ ਹੀ ਬਣ ਗਏ ਜੋ ਕੋਈ ਰਹੂਗੀ, ਆ ਤਾਂ ਤੈਨੂੰ ਰਹਿੰਦੀ ਨੀ। ਕਿਉਂ? ਆ ਕੀ ਗੱਲ, ਤੂੰ ਤਾਂ 9 ਵਜੇ ਭੁੱਕੀ ਭੱਕੀ ਖਾ ਕੇ ਉੱਠਦਾ। ਤੂੰ ਤਾਂ 9 ਵਜੇ ਭੁੱਕੀ ਭੱਕੀ ਖਾ ਕੇ ਉੱਠਦਾ। ਅੱਛਾ, ਇਹਨੂੰ ਪੁੱਛ 4 ਵਜੇ ਕਿੱਥੇ ਹੁੰਦੀ ਹੈ? ਮੈਂ ਕਿੱਥੇ ਹੁੰਦੀ ਹੈ? ਸਾਹ ਦੇ ਡੇਰੇ 'ਚ। ਉਹ ਵੇਖੀ ਕਿਤੇ ਸਰੀਕਾ ਵਾਲੀ ਉਂਗਲ ਤਾਂ ਨਹੀਂ ਲਾਉਂਦਾ? ਪੱਕੀ ਗੱਲ ਹੈ, ਮਸਾਂ ਬਾਈ ਘਰ ਵਸਿਆ, ਵੇਖੀ ਕਿਤੇ। ਮੈਂ ਕਹਿੰਦਾ ਪੱਕੀ ਗੱਲ ਹੈ, ਡੇਰੇ 'ਚ ਹੁੰਦੀ ਹੈ ਯਾਰ। ਮੈਨੂੰ ਤਾਂ ਰਿਸ਼ਤਾ ਵੀ ਨਹੀਂ ਕੋਈ ਕਰ ਰਿਹਾ, ਮਸਾਂ ਹੋਇਆ ਵੇਖੀ ਕਿਤੇ। ਪੱਕੀ ਗੱਲ ਹੈ ਯਾਰ, ਕਿਹਨੇ ਦੇਖਿਆ? ਪੱਕੇ ਬੰਦੇ ਨੇ, ਪੱਕੇ ਬੰਦੇ। ਹਾਂ, ਇਹੋ ਜਿਹਾ ਪੱਕਾ ਬੰਦਾ ਕਿਹੜਾ ਹੋਇਆ ਫਿਰ? ਉਹ ਮੇਰੇ ਘਰ ਵਾਲੀ ਨੇ ਦੇਖਿਆ, ਤਾਂ ਤੇਰੇ ਘਰ ਵਾਲੀ ਫਿਰ ਕਿੱਧਰ ਨੂੰ ਭਲੀ ਮਾਰਦਾ। ਬਾਬੇ ਜਦੋਂ
ਅਗਦੇ ਚਾਟ ਤੇ ਬਿਦਾਰੀ ਬਾਬੇ ਨੇ, ਅਗਦੇ ਚਾਟ ਤੇ ਬਿਦਾਰੀ ਬਾਬੇ।